ਪੰਜਾਬ ਦੇ ਅੰਦਰ ਕਾਂਗਰਸ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਤੈਅ ਕਰ ਲਏ ਗਏ ਹੈ, ਲਿਸਟਾਂ ਬਣ ਗਈਆਂ ਹੈ, ਕਿਸੇ ਵੇਲੇ ਵੀ ਲਿਸਟਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਤੋਂ ਉਮੀਦਵਾਰਾਂ ਦਾ ਐਲਾਨ ਕਰ ਲਿਆ ਗਿਆ। ਲੰਬੇ ਸਮੇਂ ਤੋਂ ਹਰ ਕਿਸੇ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਕਾਂਗਰਸ ਕਿਹਨੂੰ ਕਿੱਥੋਂ ਟਿਕਟ ਦਿੰਦੀ ਹੈ। ਆਖਿਰਕਾਰ ਇਸਦਾ ਫੈਸਲਾ ਕਰ ਲਿਆ ਗਿਆ ਹੈ। ਤੁਹਾਨੂੰ ਪਹਿਲਾਂ ਦੱਸਦੇ ਹਾਂ ਕਿ ਕਿਹੜੇ ਕਿਹੜੇ ਨਾਮ ਨੇ ਜਿਹੜੇ ਹੋ ਸਕਦੇ ਨੇ ਜਿਨ੍ਹਾਂ ਨੂੰ ਇਸ ਪਹਿਲੀ ਲਿਸਟ ਦੇ ਵਿੱਚ ਥਾਂ ਮਿਲ ਸਕਦੀ ਹੈ। ਸਭ ਤੋਂ ਪਹਿਲਾ ਨਾਂ ਆਉਂਦਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ, ਦੂਜਾ ਨਾਂ ਆਉਂਦਾ ਆ ਅੰਮ੍ਰਿਤਾ ਵੜਿੰਗ ਦਾ, ਅਤੇ ਤੀਜਾ ਨਾਂ ਆਉਂਦਾ ਹੈ ਗੁਰਜੀਤ ਔਜਲੇ ਦਾ। ਇਸੇ ਨਾਲ ਹੀ ਵਿਜੇਂਦਰ ਸਿੰਗਲਾ ਅਤੇ ਦਲਵੀਰ ਗੋਲਡੀ ਦੇ ਨਾਂ ਜਿਹੜੇ ਨੇ ਉਹ ਸ਼ਾਮਲ ਨੇ। ਕਿੱਥੋਂ ਕਿਹਨੂੰ ਟਿਕਟ ਦਿੱਤੀ ਜਾਣੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾ ਨਾਂ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਦਾ ਆਉਂਦਾ, ਚੰਨੀ ਦਾ ਇਹ ਨਾਂ ਦੀ ਜਿਹੜੀ ਮੋਹਰ ਹੈ ਉਹ ਜਲੰਧਰ ਲੋਕ ਸਭਾ ਹਲਕੇ ਤੋਂ ਲੱਗ ਚੁੱਕੀ ਹੈ। ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ। ਵੱਡਾ ਮੁਕਾਬਲਾ ਜਿਹੜਾ ਇਸ ਸਮੇਂ ਉਹ ਚੰਨੀ ਅਤੇ ਸੁਸ਼ੀਲ ਕੁਮਾਰ ਰਿੰਕੂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਆ। ਅਕਾਲੀ ਦਲ ਜਾਂ ਭਾਜਪਾ ਦੇ ਸਾਂਝੇ ਜਾਂ ਅਲੱਗ ਅਲੱਗ ਉਮੀਦਵਾਰਾਂ ਦੀ ਉਡੀਕ ਰਹੇਗੀ, ਪਰ ਮੁੱਖ ਮੁਕਾਬਲਾ ਚਰਨਜੀਤ ਸਿੰਘ ਚੰਨੀ ਅਤੇ ਸੁਸ਼ੀਲ ਕੁਮਾਰ ਰਿੰਕੂ ਦੇ ਵਿੱਚ ਵੇਖਣ ਨੂੰ ਮਿਲੇਗਾ, ਜਿਸ ਤੋਂ ਬਾਅਦ ਸਥਿਤੀਆਂ ਸਪਸ਼ਟ ਹੋ ਜਾਣਗੀਆਂ। ਦੂਜਾ ਨਾਂ ਅੰਮ੍ਰਿਤਾ ਵੜਿੰਗ ਦਾ, ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਉਹਨਾਂ ਦੇ ਪਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵੜਿੰਗ ਪਰਿਵਾਰ ਦੇ ਵਿੱਚੋਂ ਵੜਿੰਗ ਪਰਿਵਾਰ ਦੀ ਨੂੰ ਅੰਮ੍ਰਿਤਾ ਵੜਿੰਗ, ਬੀਬਾ ਅੰਮ੍ਰਿਤਾ ਵੜਿੰਗ ਚੋਣ ਮੈਦਾਨ 'ਚ ਹੋਣਗੇ। ਮੁੱਖ ਮੁਕਾਬਲਾ ਉਹਨਾਂ ਦਾ ਗੁਰਮੀਤ ਖੁੱਡੀਆਂ, ਮੌਜੂਦਾ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਨਾਲ ਹੋਣਾ ਹੈ, ਲਗਭਗ ਤੈਅ ਹੈ। ਗੁਰਮੀਤ ਖੁੱਡੀਆਂ ਜਿਹੜੇ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਲੜਨੇ 'ਚ ਆ ਚੁੱਕੇ ਹੈ, ਅਤੇ ਉੱਧਰ ਅਕਾਲੀ ਦਲ ਦੇ ਹਲਕੇ ਅੰਦਰ ਇਸ ਗੱਲ ਦੇ ਉੱਤੇ ਮੋਹਰ ਲੱਗੀ ਹੋਈ ਹੈ ਕਿ ਬੀਬਾ ਹਰਸਿਮਰਤ ਬਾਦਲ ਇਸ ਵਾਰ ਫਿਰ ਬਠਿੰਡਾ ਤੋਂ ਚੌਥੀ ਵਾਰ ਚੋਣ ਮੈਦਾਨ 'ਚ ਹੋਣਗੇ। ਤਾਂ ਅੰਮ੍ਰਿਤਾ ਵੜਿੰਗ ਦਾ ਮੁਕਾਬਲਾ ਜਿਹੜਾ ਹੈ ਇੰਨਾ ਵੱਡੇ ਸਿਆਸੀ ਕੱਦ ਵਾਲੇ ਲੋਕਾਂ ਦੇ ਨਾਲ ਹੋਣਾ ਹੈ। ਬੀਬਾ ਵੜਿੰਗ ਲਗਾਤਾਰ ਬਠਿੰਡਾ ਹਲਕੇ ਦੇ ਵਿੱਚ ਜਿਹੜੇ ਸਰਗਰਮ ਵਿਖਾਈ ਦੇ ਰਹੇ ਨੇ, ਆਪਣੇ ਪਤੀ ਦੀ ਪਿਛਲੀ 2019 ਦੀ ਚੋਣ ਵੇਲੇ ਉਹਨਾਂ ਦੇ ਵੱਲੋਂ ਕੀਤੇ ਗਏ ਪ੍ਰਚਾਰ ਦੇ ਕਾਰਨ ਉਹ ਹਰ ਹਲਕੇ ਦੇ ਵਿੱਚ ਜਿਹੜੇ ਆ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ। ਬੀਬਾ ਅੰਮ੍ਰਿਤ ਵੜਿੰਗ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਲਗਾਤਾਰ ਸਿਆਸੀ ਤੌਰ ਦੇ ਉੱਤੇ ਬਠਿੰਡਾ ਹਲਕੇ ਦੇ ਅੰਦਰ ਜਾਰੀ ਔਰ ਉਸਾਰੀ ਰਹੀਆਂ ਨੇ। ਇਸੇ ਨਾਲ ਹੀ ਜਿਹੜਾ ਤੀਜਾ ਨਾਂ ਹੈ ਗੁਰਜੀਤ ਸਿੰਘ ਔਜਲਾ ਦਾ, ਗੁਰਜੀਤ ਸਿੰਘ ਔਜਲਾ ਤੀਜੀ ਵਾਰ ਜਿਹੜਾ ਫਾਈਟ ਕਰਨ ਦੇ ਲਈ ਤਿਆਰ ਨੇ ਅੰਮ੍ਰਿਤਸਰ ਤੋਂ। ਇਸ ਵੇਲੇ ਵੀ ਮੌਜੂਦਾ ਲੋਕ ਸਭਾ ਮੈਂਬਰ ਨੇ, ਵੱਡੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਦਾ ਨਾਂ ਦਾ ਪਹਿਲਾਂ ਵੀ ਚਰਚਾ ਚੱਲ ਰਹੀ ਸੀ, ਪਰ ਫਿਲਹਾਲ ਹਾਈਕਮਾਨ ਨੇ ਫੈਸਲਾ ਕੀਤਾ ਕਿ ਇੱਕ ਵਾਰ ਫਿਰ ਭਰੋਸਾ ਜਿਹੜਾ ਉਹ ਗੁਰਜੀਤ ਔਜਲਾ 'ਤੇ ਜਿਤਾਇਆ। ਗੁਰਜੀਤ ਔਜਲਾ ਨੂੰ ਜਿਹੜਾ ਉਮੀਦਵਾਰ ਬਣਾਇਆ ਜਾਣਾ ਲਗਭਗ ਤੈਅ ਹੋ ਚੁੱਕਿਆ ਹੈ। ਕਾਂਗਰਸ ਪਾਰਟੀ ਇੱਕ ਵਾਰ ਫਿਰ ਰਿਪੀਟ ਕਰਨ ਜਾ ਰਹੀ ਹੈ ਗੁਰਜੀਤ ਔਜਲਾ ਨੂੰ। ਇਸੇ ਨਾਲ ਹੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਓਮ ਪ੍ਰਕਾਸ਼ ਸੋਨੀ ਹੈ ਸਾਬਕਾ ਉਪ ਮੁੱਖ ਮੰਤਰੀ, ਉਹਨਾਂ ਦੇ ਨਾਂ ਦੀ ਚਰਚਾ ਵੀ ਸੀ, ਉਹਨਾਂ ਦੇ ਸਮਰਥਕ ਹਾਲੇ ਵੀ ਜ਼ੋਰ ਲਾ ਰਹੇ ਆ, ਪਰ ਕਿਹਾ ਜਾਂਦਾ ਹੈ ਕਿ ਗੁਰਜੀਤ ਔਜਲਾ ਦੇ ਨਾਂ ਦੇ ਉੱਤੇ ਠਾ ਕਰਕੇ ਮੋਹਰ ਜਿਹੜੀ ਹੈ ਉਹ ਲਾ ਦਿੱਤੀ ਗਈ ਹੈ। ਗੱਲ ਪਟਿਆਲੇ ਦੀ ਕਰਦੇ ਹਾਂ, ਪਟਿਆਲੇ ਤੋਂ ਵਿਜੇਂਦਰ ਸਿੰਗਲਾ ਦੇ ਨਾਂ ਦਾ ਜਿਹੜਾ ਉਹ ਲਗਭਗ ਤੈਅ ਮੰਨਿਆ ਜਾ ਰਿਹਾ। ਜੇਕਰ ਕੋਈ ਹੋਰ ਸਿਆਸੀ ਅੜਿੱਕਾ ਜਿਹੜਾ ਉਹ ਨਹੀਂ ਆਉਂਦਾ ਤਾਂ ਵਿਜੇਂਦਰ ਸਿੰਗਲਾ ਪਟਿਆਲੇ ਤੋਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਹੋਣਗੇ। ਇੱਕ ਵਾਰ ਪਹਿਲਾਂ ਲੋਕ ਸਭਾ ਮੈਂਬਰ ਰਹਿ ਚੁੱਕੇ ਆ, ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਆ, ਮੰਤਰੀ ਰਹਿ ਚੁੱਕੇ ਆ ਸਿੰਗਲਾ, ਪਰ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਪਟਿਆਲੇ ਦੇ ਨਾਲ ਹੈ। ਉਹਨਾਂ ਦੇ ਪਿਤਾ ਸੰਤ ਰਾਮ ਸਿੰਗਲਾ ਪਟਿਆਲੇ ਦੀ ਸਿਆਸਤ ਦੇ ਵਿੱਚ ਬਹੁਤ ਸਰਗਰਮ ਰਹੇ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਦੀ, ਤਾਂ ਉੱਥੋਂ ਇੱਕ ਵਾਰ ਫਿਰ ਰਵਨੀਤ ਬਿੱਟੂ ਚੋਣ ਮੈਦਾਨ 'ਚ ਆ ਸਕਦੇ ਹੈ ਅਤੇ ਮਨੀਸ਼ ਤਿਵਾੜੀ ਨੂੰ ਲੁਧਿਆਣਾ ਭੇਜਿਆ ਜਾ ਸਕਦਾ ਹੈ। ਦੋਵੇਂ ਵੱਡੇ ਅਤੇ ਸੀਨੀਅਰ ਜਿਹੜੇ ਪਾਰਲੀਮੈਂਟੇਰੀਅਨ ਨੇਗੇ, ਉਹਨਾਂ ਦੀਆਂ ਸੀਟਾਂ ਦੇ ਵਿੱਚ ਬਦਲਾਅ ਹੋ ਸਕਦਾ ਹੈ। ਦੋਵੇਂ ਲਗਾਤਾਰ ਲੋਕ ਸਭਾ ਚੋਣਾਂ ਜਿੱਤਦੇ ਰਹੇ ਨੇ, ਮਨੀਸ਼ ਤਿਵਾੜੀ ਸਾਬਕਾ ਮੰਤਰੀ ਵੀ ਨੇ
ਅਤੇ ਵੱਡੀ ਗੱਲ ਇਹ ਹੈ ਕਿ ਦੋਵਾਂ ਦੀਆਂ ਸੀਟਾਂ ਬਦਲੀਆਂ ਜਾ ਸਕਦੀਆਂ ਨੇ। ਦੋਵੇਂ ਜਿਹੜਾ ਪਹਿਲਾਂ ਮਨੀਸ਼ ਤਿਵਾੜੀ ਲੁਧਿਆਣਾ ਤੋਂ ਲੜ ਚੁੱਕੇ ਨੇ ਅਤੇ ਜਿੱਤ ਚੁੱਕੇ ਨੇ, ਇਸੇ ਨਾਲ ਹੀ ਰਵਨੀਤ ਬਿੱਟੂ ਵੀ ਆਪਣੀ ਪਹਿਲੀ ਚੋਣ ਹੈ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਸੀ, ਤਾਂ ਕੁੱਲ ਮਿਲਾ ਕੇ ਇਸ ਵੇਲੇ ਸਥਿਤੀ ਜਿਹੜੀ ਇਹ ਬਣ ਚੁੱਕੀ ਹੈ ਕਿ ਇਸੇ ਨਾਲ ਹੀ ਕਾਂਗਰਸ ਦੇ ਨਾਵਾਂ ਦੀ ਜਿਹੜੀ ਸੂਚੀ ਆ ਉਹ ਫਾਈਨਲ ਕਰ ਲਈ ਗਈ ਹੈ। ਗੱਲ ਕਰਦੇ ਹਾਂ ਪੰਜਾਬ ਦੀ ਸਭ ਤੋਂ ਹੌਟ ਸੀਟ ਬਣੀ ਹੋਈ ਸੰਗਰੂਰ ਦੀ। ਸੰਗਰੂਰ ਦੇ ਵਿੱਚ ਲਗਾਤਾਰ ਚਰਚਾਵਾਂ ਇਹ ਨੇ ਕਿ ਸੰਗਰੂਰ ਤੋਂ ਜਿਹੜਾ ਉਹ ਕਦੀ ਕਿਸੇ ਦਾ ਨਾਂ ਆਉਂਦਾ ਕਦੀ ਕਿਸੇ ਦਾ, ਪਰ ਕਾਂਗਰਸ ਹਾਈਕਮਾਂਡ ਨੇ ਮੋਹਰ ਜਿਹੜੀ ਹੈ ਗੋਲਡੀ ਖੰਗੂੜਾ ਪਰਿਵਾਰ 'ਤੇ ਲਾ ਦਿੱਤੀ ਹੈ। ਸੂਤਰ ਦੱਸਦੇ ਆ ਕਿ ਦਲਵੀਰ ਸਿੰਘ ਗੋਲਡੀ ਨੂੰ ਜਾਂ ਤਾਂ ਟਿਕਟ ਦਿੱਤੀ ਜਾ ਸਕਦੀ ਹੈ ਜਾਂ ਉਹਨਾਂ ਦੀ ਧਰਮ ਪਤਨੀ ਜਿਹੜੀ ਆ ਸਿਮਰਤ ਖੰਗੂੜਾ ਨੂੰ ਚੋਣ ਮੈਦਾਨ 'ਚ ਸੰਗਰੂਰ ਤੋਂ ਉਤਾਰਿਆ ਜਾ ਸਕਦਾ। ਦਿਲਚਸਪ ਮੁਕਾਬਲਾ ਦੇਖਣ ਵਾਲਾ ਹੋਵੇਗਾ। ਲਗਾਤਾਰ ਚਰਚਾਵਾਂ ਇਹ ਨੇ ਕਿ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਢੀਂਡਸਾ ਹੋ ਸਕਦੇ ਆ। ਆਮ ਆਦਮੀ ਪਾਰਟੀ ਨੇ ਜਿਹੜਾ ਉਹ ਉਮੀਦਵਾਰ ਮੰਤਰੀ ਗੁਰਮੀਤ ਹੇਅਰ ਨੂੰ ਜਿਹੜਾ ਉਹ ਉਤਾਰਿਆ ਹੀ ਹੋਇਆ ਚੋਣ ਮੈਦਾਨ ਦੇ ਵਿੱਚ, ਤਾਂ ਸੰਗਰੂਰ ਦੀ ਸਥਿਤੀ ਇਸ ਪ੍ਰਕਾਰ ਦੀ ਬਣ ਜਾਣੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਕਾਂਗਰਸ ਦੀਆਂ ਸੂਚੀਆਂ ਤਿਆਰ ਨੇ, ਬਾਕੀ ਰਹਿੰਦੇ ਨਾਂ ਨੇ ਜਿਹੜੇ ਉਹ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੇ ਹੋਣ ਜਾਂ ਨਾ ਹੋਣ ਤੋਂ ਬਾਅਦ ਐਲਾਨੇ ਜਾਣਗੇ। ਫਿਲਹਾਲ ਜਿਹੜੇ 5-6 ਨਾਵਾਂ ਦਾ ਜਿਹੜਾ ਪੈਨਲ ਆ ਉਹ ਤਿਆਰ ਕਰ ਲਿਆ ਗਿਆ, ਸੂਚੀ ਤਿਆਰ ਹੈ, ਅੱਜ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਇਸ ਦਾ ਐਲਾਨ ਹੋ ਸਕਦਾ।